ਅੱਜ ਬੜਾ ਇੱਕ ਇੰਪੋਰਟੈਂਟ ਇਸ਼ੂ ਹੈ ਕਿਉਂਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹ ਆਉਣ ਵਾਲੀਆਂ ਨੇ ਔਰ ਕਿਸੇ ਵੇਲੇ ਵੀ ਜਿਹੜਾ ਕੋਡ ਹੈ ਉਹ ਲੱਗ ਸਕਦਾ। ਪਰ ਅੱਜ ਬਹੁਤ ਇੱਕ ਇੰਪੋਰਟੈਂਟ ਇਸ਼ੂ ਜਿਹੜਾ ਸਾਡੇ ਲੀਡਰ ਸ੍ਰੀ ਰਾਹੁਲ ਗਾਂਧੀ ਜੀ ਨੇ ਚੱਕਿਆ ਹੈ, ਜਿਵੇਂ ਸਾਰੇ ਜਾਣਦੇ ਨੇ ਕਿ ਭਾਰਤ ਜੋੜੋ ਨਿਆਂ ਯਾਤਰਾ ਪੰਜਾਬ ਹਿੰਦੁਸਤਾਨ 'ਚ ਚੱਲ ਰਹੀ ਹੈ ਔਰ ਦੇਸ਼ ਦੇ ਨੌਜਵਾਨਾਂ ਲਈ ਰਾਜਸਥਾਨ ਦੇ ਬੰਸਵਾੜਾ ਦੇ ਵਿੱਚ ਰਾਹੁਲ ਗਾਂਧੀ ਜੀ ਨੇ 5 ਪ੍ਰੋਮਿਸਿਸ ਜਿਹਨੂੰ ਯੁਵਾ ਨਿਆਂ ਦਾ ਨਾਂ ਦਿੱਤਾ। ਭਾਰਤ ਜੋੜੋ ਨਿਆਂ ਯਾਤਰਾ ਦਾ ਜਿਹੜਾ 5 ਇੱਕ ਕੰਪੋਨੈਂਟ ਹੈ ਯੁਵਾ ਨਿਆਂ, ਉਹਦੇ ਵਿੱਚ 5 ਕੰਪੋਨੈਂਟਸ ਉਹਨਾਂ ਨੇ ਲਿਸਟ ਕੀਤੇ ਨੇ। ਡਿਟੇਲ ਦੇ ਵਿੱਚ ਜਿਹੜਾ ਮੈਨੀਫੈਸਟੋ ਆਊਗਾ ਉਹਨਾਂ ਨੂੰ ਡਿਟੇਲ ਵਿੱਚ ਉਹਦਾ ਜ਼ਿਕਰ ਕੀਤਾ ਜਾਊਗਾ, ਪਰ ਉਹ 5 ਕੰਪੋਨੈਂਟਸ ਜਿਹੜੇ ਹੈਗੇ ਨੇ ਯੁਵਾ ਨਿਆਂ ਦੇ ਨੌਜਵਾਨਾਂ ਲਈ, ਕਿਉਂਕਿ ਅਨਇੰਪਲੋਇਮੈਂਟ ਇਸ਼ੂ ਜਿਹੜਾ ਸਭ ਤੋਂ ਵੱਡਾ ਇਸ਼ੂ ਦੇਸ਼ ਦੇ ਨੌਜਵਾਨਾਂ ਨੂੰ ਗ੍ਰਿਪ 'ਚ, ਸੋ ਉਹਨਾਂ ਨੂੰ ਕੱਢਣ ਲਈ ਸਪੋਰਟ ਕਰਨ ਲਈ ਨੌਜਵਾਨਾਂ ਲਈ 5 ਜਿਹੜੇ 5 ਪੁਆਇੰਟਰ ਜਿਹੜਾ ਰਾਹੁਲ ਗਾਂਧੀ ਜੀ ਨੇ ਅਨਾਊਂਸ ਕੀਤਾ ਉਹ ਮੈਂ ਆਪ ਸਾਰਿਆਂ ਨਾਲ ਪ੍ਰੈਸ ਦੇ ਰਾਹੀਂ ਜਾਰੀ ਕਰਨ ਲੱਗਿਆ ਪੰਜਾਬ ਦੇ ਵਿੱਚ। ਔਰ ਪਹਿਲਾ ਜਿਹੜਾ ਉਹਦਾ ਪੁਆਇੰਟ ਹੈ ਉਹ ਹੈਗਾ ਭਰਤੀ ਦਾ ਭਰੋਸਾ, ਦੂਜਾ ਪੁਆਇੰਟ ਹੈ ਪਹਿਲੀ ਨੌਕਰੀ ਪੱਕੀ, ਤੀਜਾ ਪੁਆਇੰਟ ਹੈ ਕਿ ਹੋਰ ਪੇਪਰ ਲੀਕਸ ਨਾ ਹੋਣ ਉਹਦੇ ਵਾਸਤੇ ਜਿਹੜਾ ਜਿਹੜਾ ਕਦਮ ਹੁਣ ਚੁੱਕਿਆ ਜਾਊਗਾ ਉਹ ਦੱਸਾਂਗੇ, ਸਮਾਜਿਕ ਸੁਰੱਖਿਆ ਸਾਡੇ ਗਿਗ ਵਰਕਰਸ ਲਈ ਔਰ ਯੁਵਾ ਰੋਸ਼ਨੀ ਦੇ ਨਾਂ ਦਾ ਜਿਹੜੇ ਸਟਾਰਟਅਪ ਜਿਹੜਾ ਸਾਡਾ ਨੌਜਵਾਨਾਂ ਨੂੰ ਇੱਕ ਪਲੈਟਫਾਰਮ ਜਿਹੜਾ ਪ੍ਰੋਵਾਈਡ ਕਰਨ ਲੱਗੀ ਹੈ ਕਾਂਗਰਸ ਪਾਰਟੀ, ਉਹਦੇ ਬਾਰੇ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਇੱਕ ਇੱਕ ਕਰਕੇ ਹੁਣ ਮੈਂ ਦੱਸੂਗਾ ਤੁਹਾਨੂੰ, ਸੋ ਦੈਟ ਪੰਜਾਬ ਦੇ ਨੌਜਵਾਨਾਂ ਤੱਕ ਵੀ ਇਹ ਗੱਲ ਪਹੁੰਚੇ ਕਿ ਕਾਂਗਰਸ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਲਈ ਨੌਜਵਾਨਾਂ ਲਈ ਕੀ ਕਰ ਰਹੀ ਹੈ। ਸੋ ਜਿਵੇਂ ਮੈਂ ਦੱਸਿਆ ਕਿ ਭਰਤੀ ਦਾ ਭਰੋਸਾ ਰਾਹੁਲ ਗਾਂਧੀ ਜੀ ਨੇ ਅਨਾਊਂਸ ਕੀਤਾ ਹੈ ਕਿ ਕਾਂਗਰਸ ਗਵਰਨਮੈਂਟ ਜਦੋਂ ਪਾਵਰ 'ਚ ਆਉਂਦੀ ਹੈ ਪਹਿਲਾ ਕੰਮ ਜਿਹੜਾ ਹੋਣਾ ਉਹ ਸੈਂਟਰਲ ਗਵਰਨਮੈਂਟ ਦੇ ਵਿੱਚ 30 ਲੱਖ ਨੌਕਰੀਆਂ ਦੀ ਜਿਹੜੀ ਵੈਕੈਂਸੀ ਹੈ ਉਹ ਕ੍ਰੀਏਟ ਕਰਕੇ 30 ਲੱਖ ਨੌਕਰੀਆਂ ਦੇਣ ਦਾ ਕੰਮ ਸੈਂਟਰਲ ਗਵਰਨਮੈਂਟ ਦੇ ਵਿੱਚ ਕਾਂਗਰਸ ਪਾਰਟੀ ਨੇ ਇਹ ਅਨਾਊਂਸ ਕੀਤਾ ਹੈ। ਸੋ ਮੈਂ ਸਮਝਦਾ ਸੈਂਟਰਲ ਗਵਰਨਮੈਂਟ ਦੀਆਂ ਜਿੰਨੀਆਂ ਵੈਕੈਂਸੀਜ਼ ਹੈ ਉਹਨੂੰ ਫਿਲ ਕਰਨ ਦੀ ਅਨਾਊਂਸਮੈਂਟ ਰਾਹੁਲ ਗਾਂਧੀ ਜੀ ਨੇ ਕੀਤੀ ਹੈ। ਸੋ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਹੈਗਾ ਭਰਤੀ ਦਾ ਭਰੋਸਾ, ਤਮਾਮ ਹੋਰ ਮਹਿਕਮੇ ਨੇ ਜਿਵੇਂ ਹੈਲਥ ਦਾ ਮਹਿਕਮਾ, ਹੋਰ ਡਿਪਾਰਟਮੈਂਟ ਹੈ ਜਿਨ੍ਹਾਂ ਦੀਆਂ ਪੋਸਟ ਵੇਕੈਂਟ ਹੈ ਉਹਦਾ ਟੇਬਲ ਨਾਲ ਨੱਥੀ ਹੈ, ਮੈਂ ਸ਼ੇਅਰ ਕਰੂੰਗਾ ਤੁਹਾਡੇ ਨਾਲ, ਸੋ ਦੈਟ ਸੈਂਟਰਲ ਗਵਰਨਮੈਂਟ ਵਿੱਚ ਅਸੀਂ ਵੱਧ ਤੋਂ ਵੱਧ ਨੌਕਰੀਆਂ ਕੇਂਦਰ ਸਰਕਾਰ ਕਾਂਗਰਸ ਪਾਰਟੀ ਦੀ ਬੰਨ ਤੇ ਦਵੇ, ਇਹ ਪਹਿਲੀ ਅਨਾਊਂਸਮੈਂਟ ਹੈ। ਦੂਸਰੀ ਅਨਾਊਂਸਮੈਂਟ ਹੈ ਪਹਿਲੀ ਨੌਕਰੀ ਪੱਕੀ, ਇਹਦਾ ਮਤਲਬ ਹੈ ਕਿ ਇੱਕ ਅਪ੍ਰੈਂਟਿਸਸ਼ਿਪ ਐਕਟ ਪਾਸ ਕਰਨ ਦੀ ਗੱਲ ਰਾਹੁਲ ਗਾਂਧੀ ਜੀ ਨੇ ਕੀਤੀ ਹੈ, ਜਿਹਦੇ ਵਿੱਚ ਕੋਈ ਵੀ ਜਿਹੜਾ ਗ੍ਰੈਜੂਏਟ ਹੈ ਜਾਂ ਡਿਪਲੋਮਾ ਹੋਲਡਰ ਹੈ ਉਹਨੂੰ 1 ਸਾਲ ਲਈ 1 ਲੱਖ ਰੁਪਏ ਤੱਕ ਦਾ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਕਿਸੇ ਵੀ ਪ੍ਰਾਈਵੇਟ ਔਰ ਸਰਕਾਰੀ ਅਦਾਰੇ ਦੇ ਵਿੱਚ, ਉਹ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਇੱਕ ਰਾਈਟ ਟੂ ਅਪ੍ਰੈਂਟਿਸਸ਼ਿਪ ਐਕਟ ਪਾਸ ਕਰਕੇ, ਜਿਵੇਂ ਸੋਸ਼ਲ ਸਿਕਿਉਰਿਟੀ ਕਾਂਗਰਸ ਗਵਰਨਮੈਂਟ ਲੈ ਕੇ ਆਈ ਸੀ ਕੰਪਨੀਜ਼ ਦੇ ਵਿੱਚ ਸੋਸ਼ਲ ਸਿਕਿਉਰਿਟੀ ਫੰਡ, ਉਸ ਕਾਰਪੋਰੇਟ ਸੋਸ਼ਲ ਰਿਸਪੋਂਸਿਬਿਲਿਟੀ ਫੰਡ, ਉਸੇ ਦੇ ਤਹਿਤ ਨੌਜਵਾਨਾਂ ਵਾਸਤੇ ਅਪ੍ਰੈਂਟਿਸਸ਼ਿਪ ਐਕਟ ਹੈ ਜਿਹੜਾ ਉਹ ਪਾਸ ਕਰਨ ਦੀ ਗੱਲ ਹੈ, ਜਿਹਦੇ ਵਿੱਚ 1 ਲੱਖ ਰੁਪਇਆ ਹਰ ਨੌਜਵਾਨ ਨੂੰ ਜਿਹੜਾ ਡਿਪਲੋਮਾ ਹੋਲਡਰ ਹੈ ਜਾਂ ਡਿਗਰੀ ਹੋਲਡਰ ਹੈ ਕਾਲਜ ਡਿਗਰੀ ਹੋਲਡਰ ਹੈ ਔਰ 8500 ਰੁਪਇਆ 1 ਮਹੀਨੇ ਲਈ ਪਹਿਲੇ ਸਾਲ ਉਹਨੂੰ ਦਿੱਤਾ ਜਾਊਗਾ। ਇਹ ਬੜਾ ਵੱਡਾ ਇੱਕ ਮੇਰੇ ਸਮਝਦਾ ਕਿ ਇੱਕ ਰਾਈਟ ਟੂ ਅਪ੍ਰੈਂਟਿਸਸ਼ਿਪ ਐਕਟ ਪਾਸ ਕਰਨ ਦੀ ਗੱਲ ਸ੍ਰੀ ਰਾਹੁਲ ਗਾਂਧੀ ਜੀ ਨੇ ਕੀਤੀ ਹੈ।
ਤੀਜਾ ਪੁਆਇੰਟ ਹੈ ਕਿ ਜਿਹੜਾ ਸਭ ਤੋਂ ਵੱਡਾ ਇਸ਼ੂ ਹਿੰਦੀ ਹਾਰਟਲੈਂਡ ਦਾ ਵੀ ਔਰ ਮੈਂ ਸਮਝਦਾ ਸਾਡੇ ਦੇਸ਼ ਦੇ ਵੀ ਬੜਾ ਇੱਕ ਇੱਕ ਸੱਟ ਮਾਰਨ ਵਾਲਾ ਇਸ਼ੂ ਹੈ ਨੌਜਵਾਨਾਂ ਦੇ ਭਵਿੱਖ ਤੇ, ਉਹ ਹੈਗਾ ਪੇਪਰ ਲੀਕਸ ਦਾ। ਪੇਪਰ ਲੀਕਸ ਪਿਛਲੇ 5 ਸਾਲਾਂ ਦੇ ਵਿੱਚ 41 ਪੇਪਰ ਲੀਕਸ ਹੋ ਚੁੱਕੇ ਨੇ। ਦੁੱਖ ਦੀ ਗੱਲ ਹੈ ਕਿ 1.5 ਕਰੋੜ ਨੌਜਵਾਨ ਇਹਨਾਂ ਦੇ ਪੇਪਰ ਉਹ ਜਿਹੜੇ ਤਿਆਰੀ ਕਰਕੇ ਜਾਂਦੇ ਨੇ ਕੈਂਸਲ ਹੋ ਜਾਂਦੇ ਨੇ ਕਿਉਂਕਿ 41 ਪੇਪਰ ਲੀਕ ਪਿਛਲੇ 5 ਸਾਲਾਂ ਵਿੱਚ ਹੋਏ ਨੇ। ਸੋ ਰਾਹੁਲ ਗਾਂਧੀ ਜੀ ਨੇ ਇਸ ਗੱਲ ਦਾ ਵੀ ਅਨਾਊਂਸ ਕੀਤਾ ਕਾਂਗਰਸ ਪਾਰਟੀ ਨੇ ਕਿ ਜਿਹੜਾ 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 ਪੇਪਰ ਲੀਕ ਆ ਉਹਨੂੰ ਇੱਕ ਕ੍ਰਿਮੀਨਲ ਐਕਟ ਬਣਾਇਆ ਜਾਊਗਾ, ਜਿਹੜਾ ਵੀ ਅਕਿਊਜ਼ਡ ਹੋਊਗਾ ਔਰ ਕ੍ਰਿਮੀਨਲ ਐਕਟ ਮੰਨਿਆ ਜਾਊਗਾ ਪੇਪਰ ਲੀਕ ਨੂੰ, ਤਾਂ ਕਿ ਸਖ਼ਤ ਤੋਂ ਸਖ਼ਤ ਜਿਹੜੀ ਸਜ਼ਾ ਹੈ ਉਹ ਜਿਹੜੇ ਉਲੰਘਣ ਕਰ ਰਹੇ ਹੈ ਉਹਨਾਂ ਨੂੰ ਮਿਲ ਸਕੇ। ਯੂਪੀ ਦੇ ਜਿਹੜਾ ਪੁਲਿਸ ਕਾਂਸਟੇਬਲ ਐਗਜ਼ਾਮ ਹੋਇਆ ਸੀ ਉਹਦੇ ਵਿੱਚ 60,244 ਪੋਸਟਾਂ ਪਬਲਿਸ਼ ਹੋਈਆਂ ਸੀਗੀਆਂ, ਜਿਹਦੇ ਵਿੱਚ 48 ਲੱਖ ਨੌਜਵਾਨਾਂ ਨੇ ਅਪਲਾਈ ਕੀਤਾ ਸੀ ਤੇ ਉਹ ਵੀ ਪੇਪਰ ਲੀਕ ਕਰਕੇ ਕੈਂਸਲ ਕਰਤਾ ਗਿਆ ਸੀ। ਸੋ ਬਹੁਤ ਵੱਡਾ ਇਸ਼ੂ ਸਾਰੇ ਹਿੰਦੁਸਤਾਨ ਦੇ ਨੌਜਵਾਨਾਂ ਲਈ ਵੀ ਹੈ ਔਰ ਪੰਜਾਬ ਲਈ ਵੀ ਹੈ, ਕਿਉਂਕਿ ਇੱਕ ਸੁਰੱਖਿਅਤ ਮਾਹੌਲ ਨੌਜਵਾਨਾਂ ਵਾਸਤੇ ਜਿਹੜੇ ਪੜ੍ਹ ਰਹੇ ਨੇ ਜਿਹੜੇ ਮਿਹਨਤ ਕਰ ਰਹੇ ਨੇ ਔਰ ਇੱਕ ਕੁਛ ਰਾਸ਼ੀ ਜਿਹਨੇ ਨੌਜਵਾਨ ਜਿਹਨਾਂ ਦਾ ਭਵਿੱਖ ਖਰਾਬ ਹੋਇਆ ਪੇਪਰ ਲੀਕਸ ਕਰਕੇ ਉਹਨਾਂ ਨੂੰ ਵੀ ਕੋਈ ਨਾ ਕੋਈ ਮਿਨੀਮਮ ਸਪੋਰਟ ਹੈ ਜਿਹੜੀ ਉਹ ਦੇਣ ਦੀ ਗੱਲ ਰਾਹੁਲ ਗਾਂਧੀ ਜੀ ਨੇ ਕੀਤੀ ਹੈ। ਚੌਥਾ ਪਾਰਟ ਹੈ ਯੁਵਾ ਰੋਸ਼ਨੀ। ਹਰ ਜ਼ਿਲ੍ਹੇ ਦੇ ਵਿੱਚ ਇੱਕ ਪਲੇਟਫਾਰਮ ਬਣਾਇਆ ਜਾਏਗਾ ਜਿਹਦੇ ਤਹਿਤ 5,000 ਕਰੋੜ ਐਲੋਕੇਟ ਕੀਤਾ ਜਾਊਗਾ ਸੈਂਟਰਲ ਗਵਰਨਮੈਂਟ ਵੱਲੋਂ। ਕਾਂਗਰਸ ਪਾਰਟੀ ਦੀ ਸਰਕਾਰ ਆਉਂਦੀ ਹੈ, 5,000 ਕਰੋੜ ਦੀ ਐਲੋਕੇਸ਼ਨ ਹਰ ਜ਼ਿਲ੍ਹੇ ਦੇ ਵਿੱਚ, ਤਾਂ ਕਿ ਹਿੰਦੁਸਤਾਨ ਦੇ ਕੋਨੇ ਕੋਨੇ ਦੇ ਨੌਜਵਾਨ ਇਸ ਪਲੇਟਫਾਰਮ ਨੂੰ ਯੂਜ਼ ਕਰ ਸਕਣ, ਨਾ ਕਿ ਸਿਰਫ ਉਹ ਜਿਹੜੇ ਐਲੀਟ ਨੇ ਜਾਂ ਜਿਹਨਾਂ ਨੂੰ ਫੰਡਿੰਗ ਬਹੁਤ ਆਰਾਮ ਨਾਲ ਮਿਲ ਜਾਂਦੀ ਹੈ, ਪਰ ਉਹ ਨੌਜਵਾਨ ਜਿਹੜੇ ਪਿੰਡਾਂ 'ਚ ਬੈਠੇ ਨੇ ਜਿਹੜੇ ਰਿਮੋਟ ਏਰੀਆਜ਼ ਦੇ ਵਿੱਚ ਨੇ। ਹਿੰਦੁਸਤਾਨ ਦੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਪਲੇਟਫਾਰਮ ਇੱਦਾਂ ਦਾ ਬਣੂਗਾ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ 5,000 ਕਰੋੜ ਜਿਹਦੇ ਲਈ ਐਲੋਕੇਟ ਕੀਤਾ ਹੈ ਫੋਰ ਸਟਾਰਟਅਪਸ। ਜਿਹੜਾ ਵੀ ਨੌਜਵਾਨ 40 ਸਾਲ ਦੀ ਉਮਰ ਤੋਂ ਥੱਲੇ ਹੈ ਉਹਦੇ ਲਈ ਸਟਾਰਟਅਪ ਪਾਲਿਸੀ ਜਿਹੜੀ ਹੈਗੀ ਹੈ ਉਹ ਕਾਂਗਰਸ ਗਵਰਨਮੈਂਟ ਨੇ ਅਨਾਊਂਸ ਕੀਤੀ ਹੈ। ਲਿਮਿਟਡ ਹੱਥਾਂ ਲਈ ਨਹੀਂ, ਸਾਰੇ ਦੇਸ਼ ਦੇ ਸਾਰੇ ਨੌਜਵਾਨਾਂ ਲਈ ਸਾਰੇ ਜ਼ਿਲ੍ਹਿਆਂ ਦੇ ਵਿੱਚ। ਸਭ ਤੋਂ ਵੱਡਾ ਫੀਚਰ ਇਸ ਅਨਾਊਂਸਮੈਂਟ ਦਾ ਹੈ। ਡਿਟੇਲ ਦੇ ਵਿੱਚ ਜਿਹੜਾ ਮੈਨੀਫੈਸਟੋ ਆਊਗਾ ਉਹਦੇ ਵਿੱਚ ਅਨਾਊਂਸ ਕੀਤਾ ਜਾਊਗਾ ਇਹਦਾ ਡਿਟੇਲ, ਪਰ ਇਹ ਮੈਂ ਤੁਹਾਨੂੰ ਬਰੀਫ ਕਰ ਰਿਹਾ। ਪੰਜਵਾਂ ਜਿਹੜਾ ਪੁਆਇੰਟ ਹੈ ਬਹੁਤ ਇੰਪੋਰਟੈਂਟ ਪੁਆਇੰਟ ਹੈ ਸਾਡੀ ਗਿਗ ਇਕਾਨਮੀ ਵਾਸਤੇ, ਗਿਗ ਵਰਕਰਸ ਵਾਸਤੇ, ਇਨਫੋਰਮਲ ਸੈਕਟਰ ਵਾਸਤੇ, ਜਿਹੜੇ ਲੋਕ ਉਹ ਲੋਕ ਜਿਹੜੇ ਫ੍ਰੀਲਾਂਸਿੰਗ ਕਰ ਰਹੇ ਨੇ, ਉਹ ਲੋਕ ਜਿਵੇਂ ਸਵਿਗੀ ਕੋਈ ਚਲਾ ਰਿਹਾ, ਕੋਈ ਉਬਰ ਚਲਾ ਰਿਹਾ, ਏਦਾਂ ਦਾ ਜਿਹੜਾ ਇਨਫੋਰਮਲ ਸੈਕਟਰ ਹੈ ਗਿਗ ਵਰਕਰਸ ਵਾਸਤੇ ਸੋਸ਼ਲ ਸਿਕਿਉਰਿਟੀ ਲੈ ਕੇ ਆਉਣ ਦੀ ਜਿਹੜੀ ਗੱਲ ਹੈ ਉਹ ਸ਼੍ਰੀ ਰਾਹੁਲ ਗਾਂਧੀ ਜੀ ਨੇ ਕੀਤੀ। ਮੈਂ ਦੱਸਣਾ ਚਾਹੁੰਦਾ ਕਿ ਕਰਨਾਟਕਾ ਦੇ ਵਿੱਚ 2 ਲੱਖ ਰੁਪਏ ਦਾ ਲਾਈਫ ਇੰਸ਼ੋਰੈਂਸ ਹਰ ਗਿਗ ਵਰਕਰ ਨੂੰ ਮਿਲਦਾ ਔਰ 2 ਲੱਖ ਤੱਕ ਦਾ ਐਕਸੀਡੈਂਟ ਇੰਸ਼ੋਰੈਂਸ ਉਹ ਹਰ ਗਿਗ ਵਰਕਰ ਨੂੰ ਮਿਲਦਾ। ਕਰਨਾਟਕਾ ਗਵਰਨਮੈਂਟ ਬਣਨ ਤੋਂ ਬਾਅਦ ਇਹ ਕਾਂਗਰਸ ਪਾਰਟੀ ਨੇ ਕੀਤਾ ਹੈ ਔਰ ਤੇਲੰਗਾਨਾ ਦੇ ਵਿੱਚ ਵੀ ਜਿਹੜਾ ਪ੍ਰੋਮਿਸ ਕੀਤਾ ਸੀ 5 ਲੱਖ ਤੱਕ ਦਾ ਐਕਸੀਡੈਂਟ ਇੰਸ਼ੋਰੈਂਸ ਔਰ 10 ਲੱਖ ਤੱਕ ਦਾ ਜਿਹੜਾ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਥਰੂ ਰਾਜੀਵ ਆਰੋਗਯ ਸ੍ਰੀ ਸਕੀਮ ਦੇ ਥਰੂ। ਗਿਗ ਵਰਕਰਸ ਜਿਹੜੇ ਸਾਡੇ ਇਕਾਨਮੀ ਨੂੰ ਚਲਾ ਰਹੇ ਨੇ, ਫ੍ਰੀਲਾਂਸਿੰਗ ਕਰ ਰਹੇ ਨੇ, ਇਨਫੋਰਮਲ ਕੰਮ ਕਰ ਰਹੇ ਹੈ, ਉਹਨਾਂ ਵਾਸਤੇ ਉਹਨਾਂ ਨੂੰ ਸਪੋਰਟ ਕਰਨ ਲਈ, ਕਿਉਂਕਿ ਉਹਨਾਂ ਦੀ ਸਾਰ ਕੋਈ ਵੀ ਨਹੀਂ ਪੁੱਛ ਰਿਹਾ, ਰੈਗੂਲਰ ਜੋਬ ਤੋਂ ਘੱਟ ਹੁੰਦੀ ਹੈ ਉਹਨਾਂ ਦੀ, ਪਰ ਫ੍ਰੀਲਾਂਸਿੰਗ ਜਿਹੜੀ ਹੈਗੀ ਹੈ ਉਹ ਵੱਧ ਚੜ੍ਹ ਕੇ ਇਕਾਨਮੀ ਨੂੰ ਭਰਪੂਰ ਜਿਹਨੂੰ ਕਹਿੰਦੇ ਬੂਸਟ ਕਰ ਰਿਹਾ ਸਾਡੀ ਇੰਡੀਅਨ ਇਕਾਨਮੀ ਨੂੰ। ਸੋ ਗਿਗ ਵਰਕਰਸ ਵਾਸਤੇ ਬਹੁਤ ਵੱਡਾ ਸੋਸ਼ਲ ਸਿਕਿਉਰਿਟੀ ਜਿਹੜਾ ਪ੍ਰੋਗਰਾਮ ਹੈ
ਉਹ ਲਾਂਚ ਕਰਨ ਦੀ ਗੱਲ ਕੀਤੀ ਹੈ। ਸੋ ਮੈਂ ਸਮਝਦਾ ਇਨ ਟੋਟੈਲਿਟੀ ਹਿੰਦੁਸਤਾਨ ਦੇ ਨੌਜਵਾਨਾਂ ਲਈ ਆਹ ਪੰਜ ਜਿਹੜੇ ਯੁਵਾ ਨਿਆਏ ਪੁਆਇੰਟਸ ਹੈ, ਇਹ ਰਾਹੁਲ ਗਾਂਧੀ ਜੀ ਦਾ ਅਸੀਂ ਪੰਜਾਬ ਯੂਥ ਕਾਂਗਰਸ ਵੱਲੋਂ ਧੰਨਵਾਦ ਕਰਦੇ ਹਾਂ ਕਿ ਅਨਇੰਪਲੋਇਮੈਂਟ ਦੇ ਸੈਂਸਿਟਿਵ ਇਸ਼ੂ ਨੂੰ ਉਹਨਾਂ ਨੇ ਆਪੇ ਹੱਥੀ ਇਨੀਸ਼ੀਏਟਿਵ ਲੈ ਕੇ ਇਹਨਾਂ ਨੇ ਨੱਥ ਪਾਉਣ ਦੀ ਜਿਹੜੀ ਗੱਲ ਹੈ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ 20 ਕਰੋੜ ਨੌਕਰੀਆਂ ਸਾਡੇ ਨੌਜਵਾਨ ਉਡੀਕ ਕਰ ਰਹੇ ਨੇ 20 ਕਰੋੜ ਨੌਕਰੀਆਂ ਦੀ ਨਰਿੰਦਰ ਮੋਦੀ ਜੀ ਤੋਂ, ਔਰ ਹਜੇ ਤੱਕ ਉਹ ਧਰਾਤਲ ਤੇ ਸਾਨੂੰ ਦੇਖਣ ਨੂੰ ਨਹੀਂ ਮਿਲਿਆ। ਪਰ ਰਾਹੁਲ ਗਾਂਧੀ ਜੀ ਨੇ ਸਾਡੀ ਜਿਹੜੀ ਭਾਰਤ ਜੋੜੋ ਨਿਆਂ ਯਾਤਰਾ ਦੇ ਵਿੱਚ ਬੰਸਵਾੜਾ ਦੇ ਵਿੱਚ ਜਿਹੜੀ ਰੈਲੀ ਹੋਈ ਹੈ ਉਹਦੇ ਵਿੱਚ ਆ ਪੰਜ ਪੁਆਇੰਟਸ ਹੈ ਜਿਹੜੇ ਅਨਾਊਂਸ ਕੀਤੇ ਨੇ। ਬੜੀ ਖੁਸ਼ੀ ਦੀ ਗੱਲ ਹੈ, ਨੌਜਵਾਨ ਉਮੀਦ ਨਾਲ ਸ੍ਰੀ ਰਾਹੁਲ ਗਾਂਧੀ ਜੀ ਔਰ ਕਾਂਗਰਸ ਪਾਰਟੀ ਵੱਲ ਦੇਖ ਰਹੇ ਹੈ। ਇਸ ਲਈ ਮੈਂ ਆਪ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਕਿ ਇਸ ਇੰਪੋਰਟੈਂਟ ਅਨਾਊਂਸਮੈਂਟ ਲਈ ਤੁਸੀਂ ਅੱਜ ਸਮਾਂ ਕੱਢਿਆ। ਦੇਖੋ ਹਜੇ ਇਹ ਬਰੀਫ ਪੁਆਇੰਟਸ ਜਿਹੜੇ ਬੰਸਵਾੜਾ ਦੇ ਵਿੱਚ ਰਾਹੁਲ ਗਾਂਧੀ ਜੀ ਨੇ ਅਨਾਊਂਸ ਕੀਤੇ ਹੈ ਉਹਦਾ ਜਿਹੜਾ ਇਹਦਾ ਵੀ ਜਿਹੜੀ ਡਿਟੇਲ ਹੈਗੀ ਉਹ ਮੈਨੀਫੈਸਟੋ ਦੇ ਵਿੱਚ ਆਊਗੀ। ਔਰ ਜੇ ਨਸ਼ੇ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਲੀਡਰ, ਪੋਲੀਟੀਕਲ ਲੀਡਰ ਜਿਹੜਾ ਜਿਹਨੇ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਵਗ ਰਹੇ ਨੇ, ਉਹ ਸ੍ਰੀ ਰਾਹੁਲ ਗਾਂਧੀ ਜੀ ਸੀਗੇ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ। ਔਰ ਅਕਾਲੀ ਦਲ ਦੇ ਸਾਰੇ ਲੀਡਰਸ ਨੇ ਉਦੋਂ ਬੁਰਾ ਚੰਗਾ ਕਿਹਾ ਸੀਗਾ ਰਾਹੁਲ ਗਾਂਧੀ ਜੀ ਨੂੰ, ਪਰ ਉਹ ਆਪਣੇ ਸਟੈਂਡ ਤੇ ਕਾਇਮ ਰਹੇ ਕਿਉਂਕਿ ਸੱਚੀ ਸੁੱਚੀ ਔਰ ਸਾਫ਼ ਸੁਥਰੀ ਰਾਜਨੀਤੀ ਰਾਹੁਲ ਜੀ ਕਰਦੇ ਆ। ਬਿਲਕੁਲ, ਡਰੱਗ ਐਂਟੀ ਡਰੱਗ ਪ੍ਰੋਗਰਾਮ ਇਜ਼ ਦ ਨੀਡ ਆਫ ਦ ਆਵਰ ਫਾਰ ਪੰਜਾਬ ਯੂਥ, ਔਰ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ, ਸਾਡੇ ਪੰਜਾਬ ਦੇ ਪ੍ਰਧਾਨ ਡਿਟੇਲ ਜਿਹੜੀ ਡਿਸਕਸ਼ਨ ਕਰਨ ਤੋਂ ਬਾਅਦ ਬਿਲਕੁਲ, ਕਿਉਂਕਿ ਪਿਛਲੀ ਵਾਰ ਵੀ ਜਦੋਂ ਇਲੈਕਸ਼ਨ ਆਈ ਸੀਗੀ ਤਾਂ 3% ਆਫ ਦ ਜੀ ਡੀ ਪੀ ਦੀ ਹੈਲਥ ਕੇਅਰ ਦੀ ਜਿਹੜੀ ਪ੍ਰੋਵਿਜ਼ਨ ਸੀਗੀ ਉਹ ਰਾਹੁਲ ਗਾਂਧੀ ਜੀ ਨੇ ਅਨਾਊਂਸ ਕੀਤੀ ਸੀ, ਕਿਉਂਕਿ ਹੈਲਥ ਕੇਅਰ ਦਾ ਪਾਰਟ ਬਣ ਜਾਂਦਾ ਜਿਹੜੀ ਐਂਟੀ ਡਰੱਗ ਜਿਹੜੀ ਸਾਡੀ ਇਹ ਪਲੈਟਫਾਰਮ ਹੈ ਇਹ ਹੈਲਥ ਕੇਅਰ ਦਾ ਪਾਰਟ ਬਣਦਾ। ਤੇ ਡਿਟੇਲ ਮੈਨੀਫੈਸਟੋ ਦੇ ਵਿੱਚ ਆਮ ਸ਼ੋਰ ਜਿਹੜੇ ਲੀਡਰ ਨੇ ਐਂਟੀ ਡਰੱਗਸ ਔਰ ਡਰੱਗ ਡਰਾਈਵ ਦੀ ਜਿਹੜੀ ਗੱਲ ਕੀਤੀ ਸੀਗੀ ਉਹ ਆਮ ਸ਼ੋਰ ਕਾਂਗਰਸ ਪਾਰਟੀ ਡਿਟੇਲ ਪਲਾਨ ਲੈ ਕੇ ਆਊਗੀ। ਕਰਨਾਟਕਾ ਦੇ ਵਿੱਚ ਜਿਹੜਾ ਗਿਗ ਵਰਕਰਸ ਦਾ ਪੁਆਇੰਟ ਹੈਗਾ, ਜਿਵੇਂ ਰਾਜਸਥਾਨ ਨੇ ਗਿਗ ਵਰਕਰਸ ਦਾ ਜਿਹੜਾ ਰਾਜਸਥਾਨ ਦਾ ਗਿਗ ਵਰਕਰਸ ਐਕਟ 2023 ਦੇ ਵਿੱਚ ਪਾਸ ਕਰਤਾ ਸੀਗਾ, ਔਰ ਕਰਨਾਟਕਾ ਦੇ ਵਿੱਚ 2 ਲੱਖ ਤੱਕ ਦਾ ਲਾਈਫ ਇੰਸ਼ੋਰੈਂਸ ਆਲਰੇਡੀ ਕਾਂਗਰਸ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਹੈ, ਔਰ 2 ਲੱਖ ਦਾ ਜਿਹੜਾ ਐਕਸੀਡੈਂਟ ਇੰਸ਼ੋਰੈਂਸ ਹੈ ਗਿਗ ਵਰਕਰਸ ਦਾ ਉਹ ਆਲਰੇਡੀ ਕਾਂਗਰਸ ਗਵਰਨਮੈਂਟ ਨੇ ਕਰਨਾਟਕਾ ਦੇ ਵਿੱਚ ਪਾਸ ਕਰਤਾ ਹੈ। ਸੋ ਜੋ ਜੋ ਗਾਰੰਟੀ ਜਿੱਥੇ ਜਿੱਥੇ ਕਾਂਗਰਸ ਪਾਰਟੀ ਨੇ ਦਿੱਤੀਆਂ ਸੀਗੀਆਂ ਉਹ ਪੂਰੀਆਂ ਹੋ ਰਹੀਆਂ ਨੇ, ਔਰ ਕਿਉਂਕਿ ਸਪੈਸੀਫਿਕ ਕੁਛ ਨਵੀਆਂ ਨੇ ਕੁਛ ਹੋਰ ਸੂਬਿਆਂ ਚੋਂ ਜਿੱਥੇ ਕਾਂਗਰਸ ਗਵਰਨਮੈਂਟ ਉਹ ਤੋਂ ਉਹਨਾਂ ਨੇ ਕਿਉਂ ਲੈ ਕੇ ਕੀਤਾ ਉੱਥੇ ਆਲਰੇਡੀ ਅਸੀਂ ਕਰ ਚੁੱਕੇ ਹਾਂ।